ਗੁਲਜ਼ਾਰ ਗਰੁੱਪ ਆਫ ਇੰਸਟੀਚਿਊਟ ਵਿਖੇ ਯੂਥ ਫੈਸਟੀਵਲ ਦੀ ਧੂਮ ਖੂਬ ਦੇਖਣ ਨੂੰ ਮਿਲੀ ਅਤੇ ਵੱਖ ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ। ਵੱਡੀ ਗਿਣਤੀ ਚ ਪਹੁੰਚੇ ਵਿਦਿਆਰਥੀਆਂ ਨੇ ਇਸ ਯੂਥ ਫੈਸਟੀਵਲ ਦਾ ਖੂਬ ਆਨੰਦ ਮਾਣਿਆ। ਪੰਜਾਬ ਟੈਕਨੀਕਲ ਯੂਨੀਵਰਸਿਟੀ ਦਾ ਇੰਟਰਜ਼ੋਨਲ ਯੂਥ ਫੈਸਟੀਵਲ 10-11-12 ਨਵੰਬਰ ਵਿੱਚ ਗੁਲਜ਼ਾਰ ਗਰੁੱਪ ਆਫ ਇੰਸਟੀਚਿਊਟ ਸੇ ਹੋਸਟ ਹੋਇਆ ਅਤੇ ਬੜੀ ਖੁਸ਼ੀ ਨਾਲ ਅਸੀਂ ਇਹ ਚੀਜ਼ ਸ਼ੇਅਰ ਕਰਦੇ ਹੈਗੇ ਹਾਂ ਕਿ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿੱਤਾ। ਆਲ ਓਵਰ ਪੰਜਾਬ ਟੀਮਸ ਆਈਆਂ ਸੀ ਜਿਹਦੇ ਵਿੱਚ ਅੰਮ੍ਰਿਤਸਰ ਤੋਂ ਲੈ ਕੇ ਚੰਡੀਗੜ੍ਹ ਤੱਕ, ਮੋਹਾਲੀ, ਪਠਾਨਕੋਟ, ਪਟਿਆਲਾ ਸਾਰੇ ਕਾਲਜ ਦੇ ਬੱਚੇ ਆਏ ਨੇ ਅਤੇ ਬੱਚਿਆਂ ਨੇ ਬੜੀ ਅੱਛੀਆਂ ਅੱਛੀਆਂ ਪਰਫਾਰਮੈਂਸਿਸ ਦਿੱਤੀਆਂ ਨੇ। ਇਹ ਯੂਥ ਸਾਡੇ ਦੇਸ਼ ਦਾ ਭਵਿੱਖ ਹੈਗਾ, ਇਹਨਾਂ ਨੇ ਹੀ ਅੱਗੇ ਲੈ ਕੇ ਜਾਣਾ ਪੜ੍ਹਾਈ ਦੇ ਨਾਲ ਨਾਲ ਤਕਨੀਕੀ ਖੇਤਰ ਵਿੱਚ ਅਤੇ ਪ੍ਰੋਜੈਕਟਸ ਤੋਂ ਇਲਾਵਾ ਬੱਚਿਆਂ ਨੇ ਜਦੋਂ ਸਪੋਰਟਸ 'ਚ ਜਾਂ ਕਲਚਰਲ ਐਕਟੀਵਿਟੀਜ਼ 'ਚ ਆ ਕੇ ਪਾਰਟੀਸਪੇਟ ਕਰਨਾ, ਉਹਨਾਂ ਦੀ ਓਵਰਆਲ ਡਿਵੈਲਪਮੈਂਟ ਇਹਦੇ 'ਚ ਹੁੰਦੀ ਹੈ। ਬੱਚਿਆਂ ਦੀ ਪਰਫਾਰਮੈਂਸਿਸ ਬਹੁਤ ਹੀ ਅੱਛੀਆਂ ਸੀਗੀਆਂ, ਚਾਹੇ ਉਹ ਵਨ ਐਕਟ ਪਲੇ ਹੋਏ, ਮਿਮਿਕਰੀ, ਭੰਗੜਾ, ਗਿੱਧਾ, ਲਿਟਰਰੀ ਇਵੈਂਟਸ, ਹਰ ਇੱਕ ਇਵੈਂਟ ਵਿੱਚ ਇਹ ਦੇਖ ਕੇ ਲੱਗਿਆ ਕਿ ਆਪਣੇ ਦੇਸ਼ ਦਾ ਭਵਿੱਖ ਬਹੁਤ ਹੀ ਅੱਛੇ ਹੱਥਾਂ ਵਿੱਚ ਹੈਗਾ। ਇਹਨਾਂ ਬੱਚਿਆਂ ਨੇ ਸਾਨੂੰ ਅੱਗੇ ਲੈ ਕੇ ਜਾਣਾ, ਸਾਡੀ ਹਮੇਸ਼ਾ ਪ੍ਰੋਤਸਾਹਨ ਰਹਿੰਦੀ ਹੈ ਉਹਨਾਂ ਬੱਚਿਆਂ ਨੂੰ ਜਿਹੜੇ ਅੱਗੇ ਆ ਕੇ ਵੱਧ ਕੇ ਕਰਦੇ ਨੇ, ਅਤੇ ਸਾਰੇ ਬੱਚੇ ਜਿਨ੍ਹਾਂ ਨੇ ਪਾਰਟੀਸਪੇਟ ਕੀਤਾ, ਜਿੱਤੇ ਜਾਂ ਨਹੀਂ ਜਿੱਤੇ ਹਾਰ ਜਿੱਤ ਮੈਟਰ ਨਹੀਂ ਕਰਦੀ ਹੈਗੀ ਹੈ, ਪਾਰਟੀਸਪੇਸ਼ਨ ਕਾਊਂਟ ਕਰਦੀ ਹੈ। ਅਤੇ ਸਾਰੇ ਬੱਚਿਆਂ ਨੂੰ ਬਹੁਤ ਬਹੁਤ ਮੁਬਾਰਕਾਂ, ਅਤੇ ਇੱਦਾਂ ਹੀ ਅਸੀਂ ਸਾਰੇ ਵੱਧਦੇ ਫੁੱਲਦੇ ਰਹੀਏ। ਕੈਮਰਾਮੈਨ ਰਵੀ ਗੋਇਲ ਨਾਲ ਕਿਰਨਪ੍ਰੀਤ ਕੌਰ ਦੀ ਰਿਪੋਰਟ, ਲੁਧਿਆਣਾ ਲਾਈਵ।